ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ ਆਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਪੰਜਾਬ ਦੇ ਵਿੱਚ ਨਿਵੇਸ਼ਕ ਸੰਮੇਲਨ ਹੋ ਰਿਹਾ 2019, ਜਿਹੜਾ ਮੋਹਾਲੀ ਦੇ ਇੱਕ ਹਿੱਸੇ ਦੇ ਵਿੱਚ ਕਰਵਾਇਆ ਜਾ ਰਿਹਾ। ਅੱਜ ਕੈਪਟਨ ਅਮਰਿੰਦਰ ਸਿੰਘ ਇੱਕ ਵੱਡੇ ਨੈਸ਼ਨਲ ਟੈਲੀਵਿਜ਼ਨ ਦੇ ਸਹਿ ਸੰਸਥਾਪਕ ਨਾਲ ਗੱਲਬਾਤ ਕਰਦੇ ਨਜ਼ਰ ਆਏ। ਇੱਕ ਕਿਆਸਰ ਆਈ, ਬੜੇ ਦਿਨਾਂ ਦੀ ਚੱਲ ਰਹੀ ਸੀ, ਅੱਜ ਉਹਨੂੰ ਹੋਰ ਬਲ ਮਿਲਿਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਕੈਬਨਿਟ ਦੇ ਵਿੱਚ ਜੀ ਵਰਦੋ ਬਦਲ ਫੇਰ ਬਦਲ ਕਰ ਸਕਦੇ ਆ, ਉਹਦਾ ਵਿਸਥਾਰ ਵੀ ਵਜ਼ਾਰਤ ਦੇ ਵਿੱਚ ਜੀ। ਔਰ ਕੈਪਟਨ ਅਮਰਿੰਦਰ ਸਿੰਘ ਜਦੋਂ ਇਸ ਤਰ੍ਹਾਂ ਦਾ ਫੇਰ ਬਦਲ ਕਰਨਗੇ ਜੀ, ਤੇ ਸਾਨੂੰ ਯਕੀਨ ਹੈ ਕਿ ਉਹ ਸਾਡੀ ਨਹੀਂ ਮੰਨਣਗੇ। ਹਾਂ, ਇਹ ਪੱਕਾ ਪਤਾ, ਬਿਲਕੁਲ ਨਹੀਂ ਮੰਨਣਗੇ। ਲੇਕਿਨ ਅਸੀਂ ਵੀ ਉਹ ਢੀਠ ਹਾਂ ਜਿਹੜੇ ਆਪਣੀ ਗੱਲ ਕਹਿੰਦੇ ਹੀ ਰਵਾਂਗੇ। ਪਰ ਸਵਾਲ ਤੇ ਇਹ ਵੀ ਪੈਦਾ ਹੁੰਦਾ ਵੀ ਉਹ ਤੁਸੀਂ ਸੁਣਿਆ ਨਾ, ਕਹਿੰਦੇ ਘਰ ਖਾਣ ਨੂੰ ਨਹੀਂ ਤੇ ਅੰਮਾ ਪੀਣ ਗਈ, ਮੰਗਣ ਨਾ ਚੱਲ ਚੱਲੀਏ। ਨਹੀਂ, ਹਾਂ, ਅੰਮਾ ਪੀਣ ਗਈ ਦਾ ਮਤਲਬ ਇਹ ਆ ਕਿ ਤੁਸੀਂ ਮਨਪ੍ਰੀਤ ਹੋਰਾਂ ਦੇ ਚਿਹਰੇ ਵੱਲ ਦੇਖ ਲਓ, ਬਾਦਲ ਹੋਰਾਂ ਦੇ ਨਾ, ਉਹ ਦਿੱਲੀਓਂ ਕੱਲ੍ਹ ਖਾਲੀ ਹੱਥ ਆ ਗਏ। ਉਹ ਤਾਂ ਖਾਲੀ ਹੱਥ ਆ ਗਏ, 4100 ਕਰੋੜ ਲੈਣ ਗਏ ਸੀ ਅਤੇ ਬਗਾਨੇ ਪੁੱਤਾਂ ਨੇ ਕਿਹਾ ਕਿ 18 ਦਸੰਬਰ ਤੱਕ 2000 ਕਰੋੜ 'ਤੇ ਮਿਲ ਸਕਦਾ। ਨਾ, ਅਗਲਿਆਂ ਪ੍ਰੋਮਿਸ ਵੀ ਨਹੀਂ ਕੀਤਾ, ਕੋਈ ਡੇਟ ਵੀ ਨਹੀਂ ਦਿੱਤੀ, ਅਜੇ ਤਰੀਕ ਨਹੀਂ ਦਿੱਤੀ, ਝੂਠਾ ਲਾਰਾ ਵੀ ਨਹੀਂ ਲਾਇਆ। ਹਾਂ, ਅਤੇ ਹੁਣ ਅਜੇ ਵਿੱਚ ਹੋਰ ਇੱਕ ਵਜ਼ਾਰਤ ਦੇ ਦੇਣੀ ਕਿਸੇ ਨੂੰ, ਇਹਦਾ ਮਤਲਬ ਇੱਕ ਝੰਡੀ ਵਾਲੀ ਕਾਰ ਹੋਰ, ਇੱਕ ਹੋਰ ਖਰਚਾ। ਚਲੋ, ਮੈਂ ਮੁੜਦਾ ਤੁਹਾਡੀ ਗੱਲ ਵੱਲ ਆਉਂਦਾ। ਗੱਲ ਇਹ ਆ ਕਿ ਪੰਜਾਬ ਇਸ ਵੇਲੇ ਔਜੜੇ ਰਾਹੀਂ ਪਿਆ, ਇਹ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਰੋਜ਼ ਭਕਾਈ ਮਾਰੀ ਜਾਂਦਾ। ਸਵਾਲ ਇਹ ਆ ਕਿ ਜਿਨ੍ਹਾਂ ਦੇ ਹੱਥਾਂ 'ਚ ਪੰਜਾਬ ਹੈ ਉਹਨਾਂ ਦਾ ਨਜ਼ਰੀਆ ਕੀ ਹੈ? ਕੈਪਟਨ ਅਮਰਿੰਦਰ ਸਿੰਘ ਬੜੇ ਆਸ਼ਾਵਾਦੀ ਨੇ ਇਸ ਨਿਵੇਸ਼ਕ ਸੰਮੇਲਨ ਦੇ ਵਿੱਚ, ਉਹ ਪਾਕਿਸਤਾਨ ਨੂੰ ਹਾਂ ਫਿਰ ਵਾਰਨਿੰਗ ਦਿੰਦੇ ਆ, ਬਿਲਕੁਲ, ਕਿ ਬੰਦੇ ਦੇ ਪੁੱਤ ਬਣ ਜਾਓ, ਬਾਜ਼ ਆ ਜਾਓ, ਬਿਲਕੁਲ ਮਾੜੀ ਅੱਖ ਨਹੀਂ ਰੱਖਣੀ। ਔਰ ਉਹਨਾਂ ਨੇ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਕਲਚਰ ਚੱਲਦੀ ਪਈ ਆ ਜੀ, ਉਹਨਾਂ ਨੂੰ ਵੀ ਤਾੜਨਾ ਕੀਤੀ ਵੀ ਜਾਂ ਤਾਂ ਹਥਿਆਰ ਸੁੱਟ ਦਿਓ, ਨਹੀਂ ਤਾਂ ਫਿਰ ਸਾਹਮਣਾ ਕਰਨ ਲਈ ਤਿਆਰ ਹੋ ਜਾਓ, ਫਿਰ ਅਸੀਂ ਆਪਣੀ ਆਈ 'ਚ ਆ ਗਏ। ਉਹਨਾਂ ਨੇ ਕਿਹਾ ਕਿ ਅਸੀਂ ਔਰਤਾਂ ਦੀ ਸੁਰੱਖਿਆ ਲਈ ਵੀ ਯਤਨ ਕਰ ਰਹੇ ਹਾਂ ਜੀ, ਔਰ ਉਸ ਤੋਂ ਇਲਾਵਾ ਆਹ ਜਿਹੜੇ ਪ੍ਰਦੂਸ਼ਣ ਵਗੈਰਾ ਸਾਰੇ ਮਸਲਿਆਂ 'ਤੇ ਗੱਲ ਕੀਤੀ ਆ। ਲੇਕਿਨ ਸਾਡਾ ਸਵਾਲ ਉਹਨਾਂ ਦੇ ਨਾਲ ਸਿੱਧਾ ਹੈ ਕਿ ਸਰਦਾਰ ਅਮਰਿੰਦਰ ਸਿੰਘ, ਕੈਪਟਨ ਸਾਹਿਬ, ਮਹਾਰਾਜਾ ਸਾਹਿਬ ਜੀ, ਦੇਖੋ ਲੋਕ ਕਹਿੰਦੇ ਮਹਾਰਾਜਾ ਕਿਉਂ ਕਹਿੰਦੇ ਹੋ, ਕਿਉਂ ਨਾ ਕਹੀਏ, ਪੀੜ੍ਹੀਆਂ ਤੋਂ ਮਹਾਰਾਜੇ ਚੱਲੇ ਆਉਂਦੇ। ਹਾਂ, ਠੀਕ ਹੈ, ਅੱਜ ਵੀ ਉਹਨਾਂ ਦਾ ਸਾਰਾ ਤੌਰ ਤਰੀਕਾ ਮਹਾਰਾਜਾਂ ਵਾਲਾ, ਬਿਲਕੁਲ ਠੀਕ ਹੈ। ਸੋ ਜੇ ਤੁਸੀਂ ਆਪਣੀ ਵਜ਼ਾਰਤ ਨੂੰ ਪੁੱਠਾ ਸਿੱਧਾ ਕਰਨਾ ਹੀ ਆ ਜੀ, ਤਾਂ ਉਹਦੇ ਵਿੱਚ ਜਿਹੜੇ ਡਿਪਾਰਟਮੈਂਟ ਪੋਰਟਫੋਲੀਓ ਕਾਬਲ ਲੋਕ ਨੇ ਉਹਨਾਂ ਦੇ ਹੱਥਾਂ 'ਚ ਦਿਓ ਦਿਓ। ਜੇ ਪੰਜਾਬ ਦੇ ਵਿੱਚ ਸੱਚਮੁੱਚ ਤੁਸੀਂ ਚਾਹੁੰਦੇ ਹੋ ਕਿ ਬਾਹਰੀ ਕਾਰੋਬਾਰੀ ਪੈਸੇ ਲਾਉਣ, ਤੇ ਉਹ ਤਾਂ ਲਾਉਣਗੇ ਜੇ ਉਹਨਾਂ ਨੂੰ ਲੱਗੂਗਾ, ਇਹ ਯਕੀਨੀ ਹੋਊਗਾ, ਸੁਰੱਖਿਆ ਨੰਬਰ 1 ਤੇ ਆ, ਨੰਬਰ 2 ਤੇ ਪੈਸੇ ਦੀ ਸੁਰੱਖਿਆ, ਪੈਸੇ ਦੀ ਸੁਰੱਖਿਆ, ਤੁਹਾਡੀਆਂ ਨੀਤੀਆਂ ਔਰ ਉਹਨਾਂ ਨੀਤੀਆਂ ਨੂੰ ਇੰਪਲੀਮੈਂਟ ਕਰਨ ਵਾਲੇ ਵਜ਼ੀਰ, ਲੋਕ, ਅਫਸਰ ਕਿੰਨੇ ਸੁਹਿਰਦਾ, ਕਿੰਨੇ ਨੀਯਤਨ, ਕਿੰਨੇ ਸਾਫ ਆ। ਔਰ ਦੂਸਰੀ ਗੱਲ, ਜਦੋਂ ਬਾਰ ਬਾਰ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਉਹਦੇ ਵਿਕਾਸ ਲਈ, ਉੱਥੇ ਨਵੀਂ ਸਨਅਤ ਲਾਉਣ ਲਈ ਇੱਕ ਸ਼ਾਂਤਮਈ ਮਾਹੌਲ ਚਾਹੀਦਾ ਜੀ, ਤੇ ਮੇਰਾ ਸਵਾਲ ਰੰਧਾਵਾ ਸਾਹਿਬ ਇੱਕ ਹੋਰ ਹੈ ਕਿ ਪੰਜਾਬ ਨੂੰ ਸ਼ਾਂਤ ਕਰਤਾ, ਪਾਕਿਸਤਾਨ ਨੂੰ ਇੱਧਰੋਂ ਤੋਪ ਦੇ ਗੋਲੇ ਨਾਲ ਤੁਸੀਂ ਧਮਕੀ ਦੇ ਕੇ ਸ਼ਾਂਤ ਕਰਤਾ, ਪਾਕਿਸਤਾਨ ਖਾਮੋਸ਼ ਹੈ, ਉਹ ਪਾਕਿਸਤਾਨ ਜਿਹੜਾ ਕਈ ਵਾਰੀ ਕਹਿਣ ਡਿਆ ਕਿ ਹੁਣ ਇਹਨਾਂ ਦੋਨਾਂ ਖਿੱਤਿਆਂ 'ਚ ਜੰਗ ਜਿਹੜੀ ਹੈ ਨਾ, ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ, ਵਾਰਾ ਨਹੀਂ ਖਾਂਦੀ ਕਿਸੇ ਨੂੰ, ਵਾਰਾ ਨਹੀਂ ਖਾਂਦੀ। ਦੂਸਰੇ ਪਾਸੇ ਤੁਹਾਡੇ ਆਪਣੇ ਵਜ਼ੀਰ ਤੁਹਾਡੇ ਖਿਲਾਫ਼ ਬਗਾਵਤ ਕਰੀ ਜਾਂਦੇ ਨੇ, ਉਹਨਾਂ ਲਈ ਕੋਈ ਤਾੜਨਾ ਨਹੀਂ ਜਾਰੀ ਕੀਤੀ ਅੱਜ? ਐਮ ਐਲ ਏ ਵਜ਼ੀਰ ਹੀ ਹੋ ਜਾਣੇ ਨਾ ਹੁਣ ਉਹ। ਸਰ ਗੱਲ ਸੁਣੋ, ਕਿਉਂ ਖਬਰ ਸੁੱਟੀ ਜਾਂਦੀ ਆ? ਅੱਛਾ, ਕਿਉਂ ਮੀਡੀਆ ਨੂੰ ਇਸ ਤਰ੍ਹਾਂ ਦੇ ਕੰਨ ਫੜਫੜਾਉਣ ਦਾ ਮੌਕਾ ਮਿਲਦਾ ਹੈ? ਕਾਰਨ ਇਹ ਆ ਕਿ ਖਬਰ ਪਹੁੰਚਾਉਣੀ ਤੇ ਉਹਨਾਂ ਤੱਕ ਆ ਜਿਹੜੇ ਰੁਸੇਵੇਂ ਰੱਖੀ ਫਿਰਦੇ ਕਿ ਵਾਧਾ ਹੋਣਾ ਹੈ। ਹਾਂ, ਸੰਭਲ ਜਾਓ ਜੀ, ਜ਼ਿਆਦਾ ਅੱਖਾਂ ਵਿਖਾਓਗੇ, ਹੂੰਝ ਦਿੱਤੇ ਜਾਓਗੇ। ਹਾਂ, ਵੀ ਜੇ ਤਾਂ MLA ਰਹੋਗੇ ਤਾਂ ਫਿਰ ਠੀਕ ਹੈ, ਅਤੇ ਜੇ ਗੈਂਗਸਟਰ ਬਣੋਗੇ ਤਾਂ ਫਿਰ ਜਾਂ ਹਥਿਆਰ ਸੁੱਟ ਦਿਓ ਜੀ, ਅਤੇ ਜਾਂ ਫਿਰ ਸਿੱਧੇ ਹੋ ਜਾਓ। ਨਹੀਂ ਸਰ, ਉਹ ਕਹਿੰਦੇ ਆ ਕਿ ਸੱਤਾ ਨਾਲ ਰੁੱਸਣਾ ਬਣਦਾ। ਅੱਛਾ, ਉਹਨਾਂ ਜਿੰਨਾ ਸੱਤਾ ਨੂੰ ਵਾਰਾ ਖਾਂ, ਜਿੰਨਾ ਵਾਰਾ ਖਾਂ, ਠੀਕ ਹੈ ਜੀ। ਔਰ ਰੁੱਸਣ ਤੋਂ ਬਾਅਦ ਮੰਨ ਜਾਣ ਦੀ ਵੀ ਇੱਕ ਪ੍ਰਕਿਰਿਆ, ਮਤਲਬ ਵਜ਼ਾਰ, ਜੇ ਕਹਿੰਦੇ ਮੀਆਂ ਬੀ ਵਿੱਚ ਵੀ ਲੜਾਈ ਵਾਹਵਾ ਵੱਜੇ 5-4 ਦਿਨ ਤੱਕ ਚੱਲੀ ਜਾਏ ਨਾ, ਜੀ ਜੀ, ਅਤੇ ਉਹ ਖਤਰਨਾਕ ਹੋ ਜਾਂਦੀ ਹੈ। ਹਾਂ, ਲੇਕਿਨ ਕਹਿੰਦੇ ਆ ਕਿ ਸਮਾਂ ਰਹਿੰਦਿਆਂ ਰੁੱਸਣਾ ਤੇ ਮੰਨਣਾ, ਇੱਕ ਪ੍ਰਕਿਰਿਆ, ਹੁਣ ਮੰਨਣਾ ਤੇ ਮਨਾਉਣਾ ਦੋਨੇ ਚੀਜ਼ਾਂ ਕਹੋ ਨਾ ਤੁਸੀਂ। ਤੁਸੀਂ ਹੰਸਵਾਲ ਤੁਰ ਜਾਂਦੇ ਹੋ, ਉਹਨਾਂ ਦੇ ਮਾਤਾ ਦੀ ਡੈਥ ਹੋਈ ਆ,
ਮੈਂ ਉਹਨਾਂ ਵੱਲ ਨਹੀਂ ਜਾ ਰਿਹਾ। ਉਹ ਕਹਿੰਦੇ ਨਾ ਵੀ ਜੇ ਆਪਾਂ ਦੋਵੇਂ ਰੁੱਸ ਬੈਠੇ ਮਨਾਊ ਕੌਣ ਤੇ ਮਨਾਊ ਕੌਣ ਵੇ। ਸੋ ਕਪਤਾਨ ਸਾਹਿਬ ਨਿਵੇਸ਼ਕ ਸੰਮੇਲਨ ਦੇ ਵਿੱਚ ਆਪਣੇ ਦਿਲ ਦੀਆਂ ਗੱਲਾਂ ਕਰਦੇ ਆ, ਅਸੀਂ ਇੱਕ ਛੋਟਾ ਜਿਹਾ ਸਵਾਲ ਐਵੇਂ ਹੀ ਰੱਖ ਬੈਠੇ, ਹਾਲਾਂਕਿ ਸਾਨੂੰ ਵੀ ਪਤਾ ਵੀ ਸਾਡੀ ਬੁੱਕਤ ਕੀ ਹੈ, ਕਿਹੜੀ ਕਿਸੇ ਨੇ ਸੁਣਨੀ ਹੈ। ਉਹ ਤੁਸੀਂ ਕਹਿੰਦੇ ਹੁੰਦੇ ਨਾ ਕਿ ਕਿੱਥੇ ਜਾ ਕੇ ਕਿਹੜੀ ਨਹੀਂ ਸੁਣਦੀ ਗੱਲ, ਕੋਈ ਕਹਾਵਤ ਜੀ, ਮਤਲਬ ਨਗਾਰਖਾਨੇ 'ਚ ਤੂਤੀਆਂ ਦੀ ਆਵਾਜ਼ ਨਹੀਂ ਸੁਣਦੀ, ਨਗਾਰਖਾਨੇ 'ਚ ਤੂਤੀਆਂ ਦਾ ਕੀ ਮੁੱਲ। ਸੋ ਇਸ ਵੇਲੇ ਜਦੋਂ ਵਜ਼ਾਰਤ ਵਿੱਚ ਵਾਧਾ ਹੋਣ ਦੀਆਂ ਗੱਲਾਂ ਹੋ ਰਹੀਆਂ ਜੀ, ਅਤੇ ਇੱਕ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਾਂ ਦਾ ਬਿਲਕੁਲ MLA ਵੀ ਹੈ, ਹਾਂ, ਕੀ ਕਪਤਾਨ ਸਾਹਿਬ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦੇਣਗੇ ਕਿ ਭਾਈ ਆ ਜਾ, ਹੁਣ ਬੜੀ ਦੇਰ ਹੋ ਗਈ ਰੁੱਸੇ ਨੂੰ, ਤੂੰ ਵੀ ਆ ਜਾ, ਰੁੱਸਾ ਕਾਫੀ ਸਭ ਲੰਬਾ ਹੋ ਗਿਆ ਥੋੜ੍ਹਾ ਜਿਹਾ। ਔਰ ਜ਼ਰੂਰੀ ਤਾਂ ਨਹੀਂ ਕਿ ਹਾਈ ਕਮਾਂਡ ਹੀ ਵਿੱਚ ਆਵੇ ਅਤੇ ਗੱਲ ਬਣਦੀ ਹੈ, ਇੱਕ ਕਾਬਲ ਬੰਦਾ ਤੁਹਾਡੇ ਕੋਲ ਰੁੱਸ ਕੇ ਬੈਠਾ ਹੈ ਜੀ, ਅਤੇ ਉਹਨੂੰ ਮਨਾ ਲਿਓ। ਔਰ ਦੂਸਰੀ ਗੱਲ, ਜਦੋਂ ਉਸ ਸ਼ਖਸ ਨੂੰ ਬਾਹਰੋਂ ਸੱਦੇ ਆ ਰਹੇ ਨੇ ਕਿ ਭਾਈ ਜੇ ਤੇ ਘਰ ਦੇ ਤੈਨੂੰ ਨਹੀਂ ਰੱਖਣਾ ਚਾਹੁੰਦੇ ਤਾਂ ਸਾਡੇ ਵੱਲ ਆ ਜਾ, ਸਾਰੇ ਦੇਣ ਡੇ, ਸਾਰੇ ਕਹਿਣ ਡੇ ਜੀ, ਭਾਵੇਂ ਉਹਨਾਂ ਦੇ ਆਪਣੇ ਕੋਲ ਅਜੇ ਕੁਛ ਨਹੀਂ ਹੈ, ਲੇਕਿਨ ਸੱਦਾ ਤੇ ਆਇਆ ਨਾ, ਉਹ ਪਤਾ ਇਹਨਾਂ ਤੇ ਅੱਧੀ ਜ਼ਬਾਨ ਨਾਲ ਉਹਨੂੰ ਅਜੇ ਤੱਕ ਇਹ ਵੀ ਨਹੀਂ ਵਿਆਹ ਵੀ ਗੱਲ ਸੁਣ ਕਾਕਾ, ਗੱਲ ਕੀ ਹੈ, ਤੂੰ ਵੀ ਪਟਿਆਲੇ ਦਾ ਅਤੇ ਮੈਂ ਵੀ ਪਟਿਆਲੇ ਦਾ। ਪਤਾ ਕੀ ਹੈ ਜੀ, ਸਿੱਧੂ ਇਕੱਲਾ ਹੀ ਇੱਕ ਸੰਸਥਾ ਵਰਗਾ ਹੈ, ਹਾਂ, ਅੱਜ ਤੱਕ ਜਿਹੜੀ ਉਹਦੀ ਇਮੇਜ ਬਣੀ ਆ ਜੀ, ਅਤੇ ਇਹ ਗਿੱਲੀਆਂ ਲੱਕੜੀਆਂ ਵੀ ਉਹਦੇ ਵਿੱਚ ਨਾਲ ਧਰਨਾ ਚਾਹੁੰਦੀਆਂ ਨੇ। ਹਾਂ, ਸਵਾਲ ਇਹ ਹੈ ਬਿਲਕੁਲ, ਹੁਣ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜੇਕਰ ਕਿਸੇ ਦੇ ਮਨ 'ਚ ਕੋਈ ਪਲੈਨਿੰਗ ਹੈ ਕਿ ਪੰਜਾਬ ਦਾ ਭਲਾ ਕਰ ਦੂਗਾ ਤੇ ਉਹ ਆਪਣੀ ਹਾਕ ਮਾਰਦਾ ਹੈ ਕਿ ਸਿੱਧੂ ਸਾਹਿਬ ਸਾਡੇ ਨਾਲ ਆ ਜਾਓ, ਬਿਲਕੁਲ, ਪਰ ਜਿਨ੍ਹਾਂ ਦਾ ਸਿੱਧੂ ਹੈ, ਹਾਂ, ਉਹ ਭਲਾ ਕਰਾਉਣ ਨੂੰ ਤਿਆਰ ਕਿਉਂ ਨੇ, ਜਿਨ੍ਹਾਂ ਕੋਲ ਸਿੱਧੂ ਅਜੇ ਬਤੌਰ MLA 2022 ਤੱਕ ਅੰਗੇਜ਼ਡ ਹੈ। ਅੱਜ ਮਨਪ੍ਰੀਤ ਬਾਦਲ ਹੋਰੀ ਤਰਲੇ ਲੈਣ ਡੇ ਆ ਕਿ ਸਾਡਾ ਆਹ GST ਨਹੀਂ ਆਇਆ, ਸਾਡਾ ਆਹ ਪੈਸਾ ਨਹੀਂ ਆਇਆ, ਸਾਡੇ ਕੋਲ ਆਹ ਟੈਕਸ ਨਹੀਂ ਆ ਰਿਹਾ। ਜਿੱਦਣ ਸਿੱਧੂ ਨੇ ਇਹ ਐਲਾਨ ਕਰਤਾ ਸੀ ਵੀ ਆ ਜਿੰਨੇ ਸਰਕਾਰੀ ਖੰਭਿਆਂ ਦੇ ਉੱਤੇ ਕੇਬਲਾਂ ਲੱਗੀਆਂ ਨਾ, ਇਹਨਾਂ ਸਾਰਿਆਂ ਦੇ ਪੈਸੇ ਜਮ੍ਹਾਂ ਕਰਵਾਓ ਪਹਿਲਾਂ। ਦੇਖੋ, ਉਹਨੇ 700 ਕਰੋੜ ਕਿਹਾ ਸੀ ਵੀ ਆ ਸਕਦਾ ਖਜ਼ਾਨੇ 'ਚ, ਹਾਂ, ਉਹਨਾਂ ਨੇ ਕਿਹਾ ਸੀ ਪਹਿਲਾਂ ਤਾਂ ਇਹਨਾਂ ਤੋਂ ਪੈਸੇ ਲਓ। ਅੱਜ ਉਹ ਕਿਸੇ ਨੂੰ ਯਾਦ ਨਹੀਂ ਆਇਆ ਬਿਲਕੁਲ ਕਿ ਉਸ ਬੰਦੇ ਨੇ ਕਿਹਾ ਸੀ ਪਹਿਲਾਂ ਆ ਜਿਹੜੇ ਸਾਨੂੰ ਥੱਲਿਓਂ ਲੁੱਟਣ ਡੇ ਅਤੇ ਕਾਬੂ ਕਰ ਲਓ, ਵੱਡਿਆਂ ਨੂੰ ਬਾਅਦ 'ਚ ਹੱਥ ਪਾਓ, ਹੌਲੀ ਹੌਲੀ ਦੇਖੋ ਤੁਸੀਂ ਕਿਤੇ ਕਦਮ ਪੈਰ ਧਰਾਵਾ ਕਰੋ ਤਾਂ ਸਹੀ, ਅਗਰ ਤੁਸੀਂ ਉੱਥੇ ਉਦੋਂ ਹੀ ਉਹਦੀ ਮੰਨ ਲੈਂਦੇ ਤਾਂ ਫਿਰ ਕਿਤੇ ਰਾਸ ਨਾ ਆਉਂਦਾ ਤੁਹਾਨੂੰ। ਸਿਸਟਮ ਦੇ ਵਿੱਚ ਟਰਾਂਸਪੇਰੈਂਸੀ ਮੇਰੇ ਖਿਆਲ ਪਹਿਲਾ ਨੁਕਤਾ ਹੈ ਪ੍ਰਸ਼ਾਸਨ ਦਾ, ਪਾਰਦਰਸ਼ਿਤਾ ਜਿਹੜੀ ਹੈ, ਪਾਰਦਰਸ਼ਿਤਾ ਪਹਿਲਾ ਨੁਕਤਾ ਹੈ ਕਿ ਜਿਹੜੀ ਸਰਕਾਰ ਵੀ ਇਸ ਚੀਜ਼ ਨੂੰ ਲਾਗੂ ਕਰੇਗੀ। ਅੱਛਾ, ਅਸੀਂ ਕੇਜਰੀਵਾਲ ਦੇ ਖਿਲਾਫ਼ ਹੈ, ਤੁਹਾਨੂੰ ਵੀ ਪਤਾ ਮੈਂ ਬਹੁਤ ਨਿੱਜੀ ਤੌਰ 'ਤੇ ਕੇਜਰੀਵਾਲ ਦੇ ਖਿਲਾਫ਼ ਹੈ। ਮੈਨੂੰ ਲੱਗਦਾ ਹੈ ਕਿ ਇੱਕ ਮੂਵਮੈਂਟ, ਜਿਹੜੀ ਮੂਵਮੈਂਟ ਪੰਜਾਬ ਦਾ ਭਲਾ ਕਰ ਸਕਦੀ ਸੀ ਜੀ, ਉਹ ਕੇਜਰੀਵਾਲ ਦੀਆਂ ਗਲਤੀਆਂ ਕਰਕੇ ਜਾਂ ਇਸ ਕਲਚਰ ਨੂੰ ਨਾ ਸਮਝਣ ਕਰਕੇ ਖਤਮ ਹੋ ਗਈ। ਬਿਲਕੁਲ, ਜੇ ਕੇਜਰੀਵਾਲ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਉਹਨੂੰ ਸਪੋਰਟ ਕੀਤਾ ਸੀ ਜੀ, ਜੇ ਉਹ ਇੱਥੇ ਚੰਗੇ ਬੰਦੇ ਜਾਂ ਚੰਗੇ ਤਰੀਕੇ ਨਾਲ ਚੰਗੀਆਂ ਨੀਤੀਆਂ ਨਾਲ ਇਲੈਕਸ਼ਨ ਲੜਦਾ, ਜੇ ਮੈਂ ਗਲਤ ਨਹੀਂ ਤੇ ਕੱਲ ਸਾਨੂੰ ਇੱਕ ਸਾਡੇ ਸੁਹਿਰਦ ਦੋਸਤ ਨੇ ਇੱਕ ਡਾਟਾ ਭੇਜਿਆ ਸੀ, ਕੁਝ ਅੰਕੜੇ ਭੇਜੇ ਸਨ ਕਿ ਇਹ ਦਿੱਲੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਕੋਲ ਜਿਹੜਾ ਸਰਪਲਸ ਪੈਸਾ ਆ ਉਹਦੇ ਅੰਕੜੇ ਨੇ। ਉਹ ਤੁਹਾਨੂੰ ਯਾਦ ਹੈ ਅਸੀਂ ਉਹਦੇ ਬਾਰੇ ਸਿਰਫ ਇਹੋ ਕਿਹਾ ਸੀ ਕਿ ਉਹਦੇ ਪੈਸੇ ਦੇ ਅੰਕੜੇ ਦੇ ਵੈਸੇ ਵੱਧ ਜਾਣੇ ਆ, ਨਾ ਤਾਂ ਉਹਦੇ ਕੋਲ ਪੁਲਿਸ ਦਾ ਖਰਚਾ ਆਪਣੇ ਖਾਤੇ 'ਚ, ਉਹਦੇ ਕੋਲ ਤਾਂ ਪੁਲਿਸ ਦਾ ਖਰਚਾ ਹੀ ਨਹੀਂ ਹੈ, ਸਾਡੇ ਦੇ ਇੱਥੇ ਪਤਾ ਨਹੀਂ ਜਿੰਨੀ ਕੁ ਉਹਦੇ ਕੋਲ ਪੁਲਿਸ ਹੈ, ਉਹਦੇ ਤੋਂ ਵੱਧ ਤਾਂ ਇਹੀ ਸਰਕਾਰੀ ਗਨਮੈਨ ਦਿੱਤੇ ਹੋਏ ਲੋਕਾਂ ਨੂੰ। ਮੈਂ ਕਿਹਾ ਸਰਦਾਰ ਸਾਹਿਬ ਕੇਜਰੀਵਾਲ ਨੇ ਜਿਹੜੇ ਡਾਟਾ ਸਾਨੂੰ ਦਿੱਤਾ ਗਿਆ ਸੀ ਜੀ, ਉਹਦੇ ਵਿੱਚ ਇਹ ਦਿਖਾਇਆ ਗਿਆ ਵਾ ਕਿ ਬਹੁਤ ਸਾਰੀਆਂ ਸਹੂਲਤਾਂ ਦੇਣ ਦੇ ਬਾਵਜੂਦ ਜੀ, ਬਹੁਤ ਸਾਰਾ ਵਿਰੋਧ ਸੈਂਟਰ ਦਾ ਹੋਣ ਦੇ ਬਾਵਜੂਦ ਕੇਂਦਰ ਉਹਨਾਂ ਨੂੰ ਸਪੋਰਟ ਨਹੀਂ ਕਰਦੀ ਜੀ, ਫਿਰ ਵੀ ਕੇਜਰੀਵਾਲ ਕੋਲ ਸਰਪਲਸ ਪੈਸੇ ਆ। ਹਾਂ, ਹੁਣ ਸਵਾਲ ਤਾਂ ਇਹ ਹੈ ਕਿ ਕੇਜਰੀਵਾਲ ਪੰਜਾਬ ਦੇ ਮਾਮਲੇ 'ਚ ਕੰਜੋਸੀ ਕਿਉਂ ਕਰ ਗਿਆ? ਸਾਨੂੰ ਤੇ ਉਹ ਵਿਓ ਵਰਗਾ ਦਿਸਦਾ। ਪੰਜਾਬ ਦੇ ਵਿੱਚ ਕੇਜਰੀਵਾਲ ਦਾ ਕਿਸ ਨੇ ਹੱਥ ਫੜਿਆ ਸੀ ਕਿ ਤੂੰ ਇੱਥੇ ਨਾ ਕਰ? ਮੈਂ ਕਿਹਾ ਦਿੱਲੀ ਉਹ ਜਿੰਨੀ ਮਰਜ਼ੀ ਚਲਾਈ ਜਾਵੇ ਜੀ, ਸਾਡੇ ਲਈ ਤਾਂ ਦਿੱਲੀ ਦੂਰ ਹੀ ਹੈ। ਪੰਜਾਬ ਦੇ ਵਿੱਚ ਤੇ ਤੁਹਾਡੇ 17 ਜਿਹੜੇ MLA ਬੈਠੇ ਨੇ ਜੀ, ਸਾਨੂੰ ਉਹੀ ਲੇਖਾ ਲੋਕਾਂ ਪੰਜਾਬ ਦੇ ਲੋਕਾਂ ਨੂੰ ਦੱਸ ਦੇਣ ਵੀ ਉਹਨਾਂ ਨੇ ਕੀ ਕਰ ਦਿੱਤਾ ਪੰਜਾਬ ਲਈ। ਬੈਠੇ ਨੇ ਨਾ 17 MLA ਤੁਹਾਡੇ ਕੋਲ ਜੀ, ਜਿਹੜੇ ਕਹਿੰਦੇ ਅਸੀਂ ਵਿਰੋਧੀ ਧਿਰ ਹਾਂ, ਔਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਨੂੰ ਤਿਆਰ ਨਹੀਂ ਅਜੇ ਤੱਕ ਹੋਏ। ਸੋ ਅਸੀਂ, ਕਿਉਂਕਿ ਗੱਲ ਸਾਡੀ ਭਟਕ ਗਈ ਆ, ਕਿਉਂਕਿ ਰਿਲੇਟ ਕਰ ਜਾਂਦੀਆਂ ਚੀਜ਼ਾਂ ਅਸੀਂ ਉਲਝ ਜਾਂਦੇ ਹਾਂ, ਲੇਕਿਨ ਮੁੱਦਾ ਇਹ ਹੈ ਕਿ ਜੇਕਰ ਦਿੱਲੀ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਦੇ ਬਾਵਜੂਦ ਸਰਕਾਰ ਵਧੀਆ ਆਪਣੀ ਇਨਕਮ ਵਧਾ ਸਕਦੀ, ਬਿਲਕੁਲ, ਕਾਰਨ ਇਹ ਆ ਕਿ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਕਿਹੜੇ ਏਰੀਆਜ਼ ਦੇ ਵਿੱਚੋਂ ਬਿਲਕੁਲ ਪੈਸਾ ਆ ਸਕਦਾ ਜੀ, ਕਿਸ ਤਰੀਕੇ ਨਾਲ ਤੁਸੀਂ ਟੈਕਸ ਵਸੂਲੀ ਕਰਨੀ ਆ,
ਜਿਹੜੀਆਂ ਜਿਹੜੀ ਲੀਕੇਜ ਆ ਕਿਵੇਂ ਬੰਦ ਕਰਨੀ। ਹਾਂ, ਚੋਰ ਮੋਰੀਆਂ ਬੰਦ ਕਰਨੀਆਂ ਕੇਜਰੀਵਾਲ ਨੂੰ, ਕਿਉਂਕਿ ਉਹ ਅਫਸਰ ਰਿਹਾ ਜੀ, ਮਤਲਬ ਟੈਕਸੇਸ਼ਨ ਦਾ ਰਿਹਾ ਜੀ ਜੀ, ਔਰ ਜੇ ਉਹਨੂੰ ਪਤਾ ਹੈ ਉਹ ਕਰ ਰਿਹਾ, ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਕਹਿੰਦੇ ਹਾਂ ਕਿ ਕਿਉਂ ਨਹੀਂ ਤੁਹਾਡੇ ਕੋਲ ਐਸੇ ਕਾਬਲ ਬੰਦੇ ਜਿਨ੍ਹਾਂ ਨੂੰ ਤੁਸੀਂ ਵਧੀਆ ਮੰਤਰਾਲੇ ਦਿਓ। ਤੁਹਾਡੇ ਕੋਲ ਜੇ ਵਿੱਤ ਮੰਤਰੀ ਕਾਬਲ ਹੈ ਜੀ, ਅਤੇ ਵਿੱਤ ਮੰਤਰੀ ਦੇ ਥੱਲੇ ਮਹਿਕਮਾ ਵੀ ਕਾਬਲ ਦੇ ਦਿਓ, ਮਹਿਕਮਾ ਵੀ ਜਿਹੜਾ ਮਹਿਕਮੇ ਦੇ ਅਫਸਰ ਵੀ ਉਹੀ ਲਵਾ ਦਿਓ ਫਿਰ ਜੀ, ਜਿਹੜੇ ਕਿ ਘੱਟੋ ਘੱਟ ਆਪਣੇ ਵਿੱਤ ਮੰਤਰੀ ਦੀ ਮੁਸ਼ਕਲ ਨੂੰ ਤਾਂ ਸਮਝਦੇ ਹੋਣ। ਸਭ ਤੋਂ ਪਹਿਲਾਂ ਸਰਦਾਰ ਸਾਹਿਬ, ਜੇ ਮੰਨ ਲਓ ਵੀ ਕਪਤਾਨ ਸਾਹਿਬ ਨੇ ਆਪਣੀ ਵਜ਼ਾਰਤ ਵਿੱਚ ਫੇਰਬਦਲ ਕਰਨਾ ਜੀ, ਅਤੇ ਮੈਂ ਕਹਿੰਦਾ ਕਿ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਜਿੰਨੇ MLA ਆ ਜੀ, ਜਿੰਨੇ ਜ਼ਰੂਰੀ ਤਾਂ ਨਹੀਂ ਹੁੰਦਾ, ਸਭ ਤੋਂ ਪਹਿਲੀ ਗੱਲ ਬਿਲਕੁਲ, ਕਿਸੇ ਨੇ ਲਿਖਾ ਕੇ ਤਾਂ ਨਹੀਂ ਲਿਆਂਦਾ ਕਿ ਉਹ 5 ਸਾਲ ਹੀ ਵਜ਼ੀਰ ਹੋਊਗਾ। ਬਿਲਕੁਲ ਸਹੀ, ਮੈਂ ਕਹਿੰਦਾ ਕਿ ਜੇ 117 ਚੁਣੇ ਗਏ ਜੀ, ਠੀਕ ਹੈ, 117 ਦੇ ਵਿੱਚੋਂ 70 ਤੋਂ ਵੱਧ ਤੁਹਾਡੇ ਆ। ਬਿਲਕੁਲ ਠੀਕ ਆ, ਤੁਸੀਂ 17 ਨੂੰ 17 ਨਾਲ ਕਰ ਲਓ, ਇੱਕ ਇੱਕ ਸਾਲ ਲਈ ਵਜ਼ੀਰੀ ਹਰ ਕੋਲ ਜਾਵੇ। ਹਾਂ, ਬਣਦਾ ਕਿ ਨਹੀਂ ਕਾਰਗੁਜ਼ਾਰੀ ਦੇਖੀ ਜਾਵੇ। ਮੈਂ ਕਿਹਾ ਜਿਹੜਾ MLA ਚੁਣ ਕੇ ਆ ਗਿਆ ਉਹਦਾ ਕਸੂਰ ਕੀ ਆ, ਜੇ ਤੁਸੀਂ ਵਜ਼ੀਰੀ ਸਾਹਿਬ ਨੂੰ, ਲੇਕਿਨ ਉਹਦਾ ਤਰੀਕਾ ਇਹ ਹੋਵੇ ਕਿ ਜਿਹੜਾ ਮਤਲਬ ਬੰਦਾ ਆਪਣੀ ਕਾਰਗੁਜ਼ਾਰੀ ਅੱਛੀ ਦਿਖਾਏਗਾ, ਹਾਂ, ਉਹਨੂੰ ਐਕਸਟੈਂਸ਼ਨ ਦੇ ਦਿਓ ਬਤੌਰ ਵਜ਼ੀਰ, ਬਾਕੀ ਬਦਲੋ। ਹਾਂ, ਕਾਰਨ ਇਹ ਕਿ ਇਹ ਨਹੀਂ ਕਿ ਤੁਸੀਂ ਜਿਹੜੇ 70 ਤੇ 70 ਰੋਟੇਸ਼ਨ ਚਲਾ ਦਿਓ ਅਤੇ ਸਾਰੇ ਲੁੱਟ ਲਟਾ ਕੇ ਜਾਣ। ਬਿਲਕੁਲ, ਸਵਾਲ ਇਹ ਆ ਕਿ ਤੁਸੀਂ ਕਪਤਾਨ ਸਾਹਿਬ ਜਿਹੜੇ ਜਿਹੜੇ ਲੋਕ ਕਾਬਲ ਨੇ ਉਹਨਾਂ ਨੂੰ ਸੰਬੰਧਿਤ ਮਹਿਕਮੇ ਦੇ ਦਿਓ ਜਿਹਦੇ 'ਚ ਉਹਨਾਂ ਦੀ ਕਾਬਲੀਅਤ ਹੈ, ਮੁਹਾਰਤ ਆ। ਇਹ ਨਹੀਂ ਕਿ ਮੰਨ ਲਓ 10ਵੀਂ ਪਾਸ ਨੂੰ ਕੋਈ ਦੇਣਾ ਹੈ। ਬਿਲਕੁਲ, 10ਵੀਂ ਜੇ ਕੋਈ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ, ਉਹਦਾ ਕੋਈ ਖੇਤੀ ਦੇ ਮਹਿਕਮੇ ਦੇ ਵਿੱਚ ਕੋਈ SC ਦੀ ਹੈ ਕਾਬਲੀਅਤ ਹੈ, ਤਾਂ ਉਹਨੂੰ ਖੇਤੀਬਾੜੀ ਦਾ ਮਹਿਕਮਾ ਦਿਓ, ਜਿਹਨੂੰ ਕਿਸਾਨੀ ਬਾਰੇ ਗਿਆਨ ਹੋਵੇ, ਕਿਸਾਨੀ ਦੇ ਦਰਦ ਬਾਰੇ ਗਿਆਨ ਹੋਵੇ ਕੋਈ। ਤੁਹਾਡਾ ਮਤਲਬ ਕਿ ਜਿਹੜੇ ਜੇ ਕੋਈ ਬਦਲਾਅ ਕਰਨਾ ਹੈ ਜੀ, ਤਾਂ ਮੀਨਿੰਗਫੁਲ ਕਰੋ। ਬਿਲਕੁਲ, ਐਵੇਂ ਇਸ ਕਰਕੇ ਨਾ ਕਰੋ ਕਿ ਯਾਰ ਸਾਡਾ ਆਹ ਵਫ਼ਾਦਾਰ ਨੂੰ ਖੁਸ਼ ਕਰ ਲਈਏ, ਹਾਂ, ਜਾਂ ਆਹ ਔਖਾ ਹੁੰਦਾ ਵਾ ਇਹਨੂੰ ਐਡਜਸਟ ਕਰ ਦਿਓ, ਉਹਦੀ ਜ਼ਬਾਨ ਬੰਦ ਕਰ ਦਿਓ। ਬਿਲਕੁਲ, ਫਿਰ ਪੰਜਾਬ ਜਿਹੜਾ ਵਾ ਉਹ ਆਹ ਜਿਹੜੇ ਘਾਟਾਂ ਵਾਧਾਂ ਦੇ ਵਿੱਚ ਫਸਿਆ ਨਾ, ਹਾਂ, ਕੋਈ ਤਾਂ ਕੰਮ ਕਰੂ। ਬਿਲਕੁਲ, ਜੇ ਹੁਣ ਬਣਦੀ ਗੱਲ ਕਿ ਜਿਹੜਾ ਕਿਸੇ ਮਹਿਕਮੇ ਦਾ ਸਭ ਤੋਂ ਉੱਪਰਲਾ ਬੰਦਾ ਹੈ, ਜੇ ਉਹ ਆਪਣੇ ਦਫ਼ਤਰ 'ਚ ਨਹੀਂ ਬਹਿੰਦਾ, ਉਹਦੇ ਅਧਿਕਾਰੀ ਕਿਉਂ ਬਹਿਣਗੇ? ਕਦੇ ਵੀ ਨਹੀਂ। ਥੱਲੇ ਦੇ ਹਿੱਸੇ ਤੱਕ ਦੇ ਲੋਕ ਕੰਮ ਕਿਉਂ ਕਰਨਗੇ? ਨਹੀਂ, ਤੁਹਾਡੇ ਸਾਹਮਣੇ ਆ ਕਿ ਚੋਣਾਂ ਹੋਈਆਂ, ਜ਼ਿਮਨੀ ਚੋਣਾਂ ਸਿਰਫ 4 ਹਲਕਿਆਂ 'ਚ ਜੀ, ਸਾਰਾ ਸਕੱਤਰਤ ਖਾਲੀ ਰਿਹਾ। ਬਿਲਕੁਲ ਰਿਹਾ, ਅਤੇ ਸਾਰੇ ਹੀ ਮੰਤਰੀ ਜਿਹੜੇ ਸੀ ਉਹਨਾਂ ਨੂੰ ਹਲਕੇ ਵੰਡੇ ਹੋਏ ਸੀ। ਅਤੇ ਮਾਫ਼ ਕਰਨਾ ਕਪਤਾਨ ਸਾਹਿਬ, ਫਿਰ ਸਵਾਲ ਤਾਂ ਤੁਹਾਨੂੰ ਵੀ ਬਣਦਾ ਕਿ ਤੁਹਾਡਾ ਜਿਹੜਾ ਆਪਣਾ ਜਿਹੜਾ ਪ੍ਰਬੰਧ ਸੀ ਜਾਂ ਤੁਹਾਡੀ ਆਪਣੀ ਜਿਹੜੀ ਦੂਰਅੰਦੇਸ਼ੀ ਸੀ ਉਹ ਕਿੱਥੇ ਕੰਮ ਕਰ ਰਹੀ ਸੀ? ਤੁਸੀਂ ਉਹਨੂੰ ਛੱਡੋ ਜੀ, ਅੱਜ ਕੱਲ੍ਹ ਜਾ ਕੇ ਦੇਖ ਲਓ। ਹਾਂ, ਤੁਸੀਂ ਹੁਣ ਵੀ ਸੈਕਟਰੀਏਟ ਚਲੇ ਜਾਓ ਜੀ, ਅੰਦਰਲੇ ਬੰਦੇ ਦੱਸਦੇ ਜਿਹੜੇ ਉਹਨਾਂ ਹਲਕਿਆਂ 'ਚ ਵਿਚਰਦੇ ਆ, ਤੁਹਾਨੂੰ ਪਤਾ ਕਿੰਨੇ ਜਰਨਲਿਸਟ ਕਿੰਨੇ ਪੱਤਰਕਾਰ ਰੋਜ਼ ਉੱਥੇ ਗੇੜਾ ਮਾਰਨ ਜਾਂਦੇ ਆ। ਜੀ ਜੀ ਜੀ, ਤੁਸੀਂ ਦੇਖਿਓ ਕਿ 10% ਮਤਲਬ ਦਿਨ ਦੇ ਵਿੱਚ ਤੁਹਾਨੂੰ 2-3 ਵਜ਼ੀਰ ਆਏ ਮਿਲਣਗੇ ਜੀ, ਬਹੁਤੇ ਜਿਹੜੇ MLA ਆ ਉਹ ਆਪਣੇ ਦਫ਼ਤਰਾਂ 'ਚ ਤੁਹਾਨੂੰ ਵਜ਼ੀਰ ਨਹੀਂ ਮਿਲਣਗੇ। ਬਿਲਕੁਲ, ਵਜ਼ੀਰ ਘਰਾਂ ਤੋਂ ਦਫ਼ਤਰ ਚਲਾਉਣ ਨੂੰ ਤਰਜੀਹ ਦਿੰਦੇ ਜੀ, ਜਾਂ ਬਹੁਤੇ ਲੋਕ ਜਿਹੜੇ ਆ ਉਹ ਸ਼ੁੱਕਰਵਾਰ ਦੇ ਕਰੀਬ ਜਾਂ ਵੀਰਵਾਰ ਦੇ ਕਰੀਬ ਵਾਪਸ ਆ ਜਾਂਦੇ, ਮੰਗਲ ਬੁੱਧਵਾਰ ਜਾਂਦੇ, 2 ਕੁ ਦਿਨ ਉੱਥੇ ਰਹਿੰਦੇ ਜਾਂ 3 ਦਿਨ ਰਹਿੰਦੇ। ਤੇ ਸੋ ਇਸ ਤਰੀਕੇ ਨਾਲ ਜਦੋਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਫੇਲੀਅਰ ਕਿੱਥੇ ਹੋਇਆ ਜੀ, ਤੁਹਾਨੂੰ ਯਾਦ ਹੋਵੇ ਬਾਦਲ ਜਿਹੜੇ ਸੀਗੇ ਉਹ ਮੁੱਖ ਮੰਤਰੀ ਹੁੰਦਿਆਂ ਆਪਣੇ ਦਫ਼ਤਰ 'ਚ ਬਹਿਣ ਨਾਲੋਂ ਪਿੰਡਾਂ ਦੇ ਵਿੱਚ ਚੈੱਕ ਵੰਡਦੇ ਦਿਸਦੇ ਸੀ ਜੀ, ਠੀਕ ਹੈ, ਸੰਗਤ ਦਰਸ਼ਨ ਦੇ ਨਾਂ ਥੱਲੇ ਉਹ ਮਹੀਨੇ ਦੇ ਵਿੱਚ ਲਗਭਗ 5-7 ਦਿਨ ਬਾਹਰ ਰਹਿੰਦੇ ਸੀ ਜੀ, 5-7 ਦਿਨ ਉਹ ਭੋਗਾਂ ਭਾਗਾਂ 'ਤੇ ਇੱਧਰ ਉੱਧਰ ਹਲਕੇ ਦੇ ਵਿੱਚ। ਸੋ ਜਿਹੜੀ ਪਰੰਪਰਾ ਜਿਹੜੀ ਰਵਾਇਤ ਬਣਾਤੀ ਗਈ ਕਿ ਮੁੱਖ ਮੰਤਰੀ ਦਫ਼ਤਰ 'ਚ ਹਾਜ਼ਰੀ ਨਾ ਹੋਵੇ, ਬਿਲਕੁਲ, ਅਤੇ ਫਿਰ ਮੈਨੂੰ ਦੱਸੋ ਕਿ ਬਾਕੀ ਲੋਕ ਕਿਉਂ ਬਹਿਣਗੇ? ਬਾਕੀ ਕਿਉਂ ਬੈਠਣਗੇ? ਔਰ ਹੁਣ ਵੀ ਜਦੋਂ ਇਹ ਸੁਣਨ 'ਚ ਆਉਂਦਾ ਕਿ ਕਪਤਾਨ ਸਾਹਿਬ ਵੀ ਆਪਣਾ ਜਿਹੜਾ ਸਾਰਾ ਪ੍ਰਬੰਧ ਆ ਆਪਣੀ ਕੋਠੀ 'ਚ ਚਲਾ ਰਹੇ ਨੇ, ਬਿਲਕੁਲ, ਅਤੇ ਫਿਰ ਸਕੱਤਰਤ ਦੀ ਲੋੜ ਕੀ ਰਹਿ ਜਾਂਦੀ ਹੈ? ਆਖਿਰਕਾਰ ਸਕੱਤਰਤ ਭਾਵੇਂ ਖਾਲੀ ਪਿਆ ਹੋਵੇ, ਉਹਦੇ ਖਰਚੇ ਤਾਂ ਖਤਮ ਨਹੀਂ ਹੋ ਜਾਂਦੇ। ਮੈਂ ਕਿਹਾ ਕਲਚਰ ਬਣਾ ਦਿਓ ਕਿ ਮੁੱਖ ਮੰਤਰੀ ਦਾ ਦਫ਼ਤਰ ਜਿਹੜਾ ਸੈਕਟਰੀਏਟ ਦੇ ਵਿੱਚੋਂ ਕੋਠੀ ਨੰਬਰ 9  'ਚ ਸ਼ਿਫਟ ਕਰਤਾ ਗਿਆ ਜੀ, ਤੁਸੀਂ ਇੱਕ ਅਧਿਕਾਰਤ ਸੂਚਨਾ ਜਾਰੀ ਕਰ ਦਿਓ ਕਿ ਮੁੱਖ ਮੰਤਰੀ ਸਾਹਿਬ ਇੱਥੋਂ ਸ਼ਿਫਟ ਕਰ ਗਿਆ, ਦਫ਼ਤਰ ਉਹਨਾਂ ਦਾ ਸ਼ਿਫਟ ਕਰ ਗਿਆ, ਉਹਨਾਂ ਦੀ ਰਿਹਾਇਸ਼ 'ਤੇ ਉਹਨਾਂ ਦੀ ਸਹੂਲਤ ਲਈ ਲੈਂਦਾ ਗਿਆ ਜੀ, ਲੇਕਿਨ ਉਹਦੇ ਵਿੱਚ ਤੁਸੀਂ ਟਾਈਮਿੰਗਸ ਹੋਣ ਕੇ 9 ਤੋਂ 9 ਤੱਕ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ। ਬਿਲਕੁਲ, ਕੈਪਟਨ ਅਮਰਿੰਦਰ ਸਿੰਘ ਕਹਿਣਗੇ ਤੁਸੀਂ ਕੌਣ ਹੁੰਦੇ ਹੋ ਮੈਨੂੰ ਪੁੱਛਣ ਵਾਲੇ, ਮੈਂ ਪਹਿਲਾਂ ਤਾਂ ਰਾਜਾ ਫਿਰ ਮੈਂ ਹੁਣ ਮੁੱਖ ਮੰਤਰੀ, ਤੁਸੀਂ ਕੌਣ ਹੋ ਵੀ ਮੈਨੂੰ ਪੁੱਛਣ ਵਾਲੇ? ਅਸੀਂ ਇਹ ਨਹੀਂ ਕਹਿੰਦੇ, ਅਸੀਂ ਕਹਿੰਦੇ ਹਾਂ ਸਮਝੇ ਰੰਧਾਵਾ ਸਾਹਿਬ, ਗੱਲ ਤਾਂ ਇਹ ਵੀ ਹੈ ਨਾ ਕਿ ਹੁਣ ਕਪਤਾਨ ਸਾਹਿਬ ਤੇ ਬਾਅਦ 'ਚ ਬੋਲਣਗੇ, ਤੇ ਹੁਣ ਆ ਜਿਹੜੀ ਪਟਿਆਲੇ ਤੋਂ ਨਵੀਂ ਖਬਰ ਆ ਰਹੀ ਆ ਕਿ ਪਟਿਆਲੇ ਦੇ ਵਿੱਚ ਪਹਿਲਾਂ ਤੇ ਵਿਧਾਇਕ ਕਹਿੰਦੇ ਸੀ ਕਿ ਸਾਡੀ ਸੁਣਵਾਈ ਅਫਸਰਸ਼ਾਹੀ ਨਹੀਂ ਕਰਦੀ ਜੀ, ਤੇ ਉਹ ਵਿਧਾਇਕ ਕਹਿੰਦੇ ਸੀ ਕਿ ਜਿਹੜਾ
ਇਹਨਾਂ ਦਾ ਕਪਤਾਨ ਸਾਹਿਬ ਦਾ OSD ਹੈ, ਉਹਦੇ ਕਲਰਕ ਹੈ। ਅਤੇ ਅੱਜ ਜਿਹੜੀ ਅਖਬਾਰ ਦੀ ਸੁਰਖੀ ਹੈ ਵੀ ਉਹ OSD ਕਲਰਕ ਨਹੀਂ ਜੀ, ਬਲਕਿ ਕਪਤਾਨ ਸਾਹਿਬ ਦੇ ਫਰਜ਼ੰਦ ਨੂੰ ਵੀ ਚੁਣੌਤੀ ਦੇਣ ਵਾਲੇ 'ਚ ਮੋਰੀ ਆ। ਮੇਰੇ ਖਿਆਲ ਇੱਕ ਵੱਡੀ ਅਖਬਾਰ ਦੀ ਖਬਰ ਹੈ। ਹਾਂ ਹੈ CM ਸਨ, OSD ਪਿਚਿੰਗ ਫਾਰ ਡਿਫਰੈਂਟ ਕੈਂਡੀਡੇਟਸ। ਹਾਂ, ਉਮੀਦਵਾਰ ਦੀ ਚੋਣ ਕਰ ਰਿਹਾ ਉਹ। ਲੇਕਿਨ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਕਪਤਾਨ ਸਾਹਿਬ, ਸਾਡਾ ਸਵਾਲ ਕਰਨ ਦਾ ਮਤਲਬ ਇਹ ਨਹੀਂ ਜੀ ਕਿ ਸਾਡੀ ਕੋਈ ਹੈਸੀਅਤ ਤੁਹਾਡੇ ਨਾਲੋਂ ਵੱਖਰੀ ਹੋ ਗਈ। ਅਸੀਂ ਤਾਂ ਇਸ ਕਰਕੇ ਕਹਿ ਰਹੇ ਹਾਂ ਕਿ ਇੱਕ ਸੰਕੇਤ ਦੇ ਤੌਰ 'ਤੇ ਦੇਖੋ, ਸੂਬੇ ਦੇ ਪਹਿਲੇ ਸ਼ਹਿਰੀ ਹੋਣ ਕਰਕੇ ਜੀ, ਪਹਿਲੇ ਨਾਗਰਿਕ ਹੋਣ ਦੇ ਨਾਤੇ ਮੁੱਖ ਮੰਤਰੀ ਹੁੰਦੇ ਆ, ਹਾਲਾਂਕਿ ਪਹਿਲੇ ਨਾਗਰਿਕ ਗਵਰਨਰ ਹੁੰਦੇ ਜੀ, ਲੇਕਿਨ ਜ਼ਿੰਮੇਵਾਰ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਆ ਕਿ ਜੇ ਤੁਸੀਂ ਇਸ ਤਰ੍ਹਾਂ ਦਾ ਕਲਚਰ ਵਿਕਸਿਤ ਕਰਨ ਦਾ ਯਤਨ ਨਹੀਂ ਕਰੋਗੇ ਤਾਂ ਥੱਲੇ ਕਿਸੇ ਨੇ ਕੰਮ ਨਹੀਂ ਕਰਨਾ। ਜਦੋਂ ਤੁਸੀਂ ਇੱਕ ਨਿਵੇਸ਼ ਜਿਹੜੇ ਸੱਦੇ ਨੇ ਬਾਹਰੋਂ, ਉਹਨਾਂ ਦਾ ਇੱਕ ਸਮਾਗਮ ਜਿਹੜਾ ਆ ਉਹਨੂੰ ਸੰਬੋਧਨ ਕਰ ਰਹੇ ਹੋ ਜੀ, ਔਰ ਮਾਫ ਕਰਨਾ, ਉਸ ਸਮਾਗਮ ਦੇ ਉੱਤੇ ਤੁਸੀਂ ਬਕਾਇਦਾ ਪੰਜਾਬ ਦੇ ਖਜ਼ਾਨੇ ਦਾ ਪੈਸਾ ਲਾਇਆ ਹੈ ਜੀ, ਉਹਦੇ ਬਾਵਜੂਦ ਉਹਨਾਂ ਲੋਕਾਂ ਨੂੰ ਸੱਦਾ ਪੱਤਰ ਭੇਜੇ, ਉਹਨਾਂ ਦੀ ਆਉ ਭਗਤ ਦੇ ਵਿੱਚ ਖੁੱਲ੍ਹਾ ਪੈਸਾ ਲਗਾਇਆ ਵੀ ਜਾਏਗਾ, ਲੱਗੇਗਾ। ਉਹਦੇ ਬਾਵਜੂਦ ਵੀ ਜੇ ਉਹ ਆ ਜਾਂਦੇ ਨੇ, ਆਉਣ ਤੋਂ ਬਾਅਦ ਜੇ ਉਹਨਾਂ ਨੂੰ ਐਸਾ ਹੀ ਨਿਜ਼ਾਮ ਮਿਲਿਆ ਜਿਹੜਾ ਕਿ ਹੁਣ ਸਾਹਮਣੇ ਆ ਰਿਹਾ, ਜੇ ਉਹਨਾਂ ਨੂੰ ਤੁਸੀਂ ਨਿਜ਼ਾਮ ਸਾਫ਼ ਨਾ ਦਿੱਤਾ, ਗੰਗੈਸਟਰ ਵੀ ਘਰ ਬੈਠ ਗਏ, ਪਾਕਿਸਤਾਨ ਵੀ ਚੁੱਪ ਕਰਕੇ ਬੈਠ ਗਿਆ, ਅਤੇ ਜੇ ਤੁਹਾਡੇ ਅੰਦਰ ਆਪਣੀ ਕੋਈ ਵਿਉਂਤਬੰਦੀ ਨਾ ਸਹੀ ਹੋਈ ਤਾਂ ਫਿਰ ਇਹਨਾਂ ਨਿਵੇਸ਼ਕਾਂ ਨੂੰ ਬੇਇਨਸਾਫ਼ੀ ਦੇਣ ਵਾਲਾ ਦੋਸ਼ੀ ਕੌਣ ਹੋਵੇਗਾ? ਸਰਦਾਰ ਸਾਹਿਬ, ਮੈਂ ਤਾਂ ਉਸ ਗੱਲ 'ਤੇ ਵੀ ਨਹੀਂ ਆਉਂਦਾ। ਮੈਂ ਤਾਂ ਇਹ ਕਹਿਣਾ ਹੈ ਕਿ ਕਿਸੇ ਨੂੰ ਜਾ ਕੇ ਸੱਦਣ ਦੀ ਲੋੜ ਨਹੀਂ ਪੈਂਦੀ ਜੀ, ਜੇ ਕਿਸੇ ਨੂੰ ਪਤਾ ਹੋਵੇ ਕਿ ਸਾਡਾ ਵਪਾਰ ਇਸ ਖਿੱਤੇ 'ਚ ਪ੍ਰਫੁੱਲਤ ਹੋਊਗਾ, ਉਹਨੇ ਤੁਹਾਡੇ ਕੋਲ ਆਉਣਾ ਹੈ ਜੀ, ਕਿ ਅਸੀਂ ਇੱਥੇ ਪੈਸੇ ਲਾਉਣ ਲੱਗੇ ਹਾਂ ਜੀ, ਸਾਨੂੰ ਦੱਸੋ ਕਿ ਸਾਡਾ ਪੈਸਾ ਸੁਰੱਖਿਅਤ ਆ, ਜਾਮ ਨਹੀਂ ਦਿੰਦੇ ਹੋ ਜੀ, ਕਦੇ ਕੋਈ ਸੱਦਿਆ ਆਉਂਦਾ, ਕੋਈ ਤਰਲੇ ਮਾਰਿਆ ਆਉਂਦਾ? ਜੇ ਅਸੀਂ ਆਪਣੇ ਘਰ ਨੂੰ ਦਰੁਸਤ ਕਰ ਲਈਏ ਜੀ, ਜੇ ਸਾਡਾ ਘਰ ਬਹੁਤ ਬਿਹਤਰੀਨ ਹੋਵੇ, ਲੋਕ ਭੱਜ ਭੱਜ ਕੇ ਆਉਣਗੇ। ਹੁਣ ਸਰਦਾਰ ਸਾਹਿਬ ਦੋ ਸਵਾਲ ਆਇਆ ਵਾ ਜੀ, ਤੁਸੀਂ ਤਾਂ ਕਿਉਂਕਿ ਨਜ਼ਰ ਰੱਖਦੇ ਰਹੇ ਹੋ ਬਤੌਰ ਪੱਤਰਕਾਰ ਜੀ, ਦੇਖੋ ਪੰਜਾਬ ਦੇ ਵਿੱਚ ਇੰਡਸਟਰੀ ਲਾਉਣ ਦਾ ਮਤਲਬ ਹੈ ਕਿ ਇੱਥੇ ਜਿਹੜੀ ਪ੍ਰੋਡਕਸ਼ਨ ਆ ਉਹ ਹਿਮਾਚਲ ਤੇ ਜੰਮੂ ਕਸ਼ਮੀਰ ਨਾਲੋਂ ਮਹਿੰਗੀ ਪੈਣੀ, ਮਹਿੰਗੀ ਪੈਣੀ, ਕਿਉਂਕਿ ਉਹਨਾਂ ਦੋਨਾਂ ਪਹਾੜੀ ਰਾਜਾਂ ਨੂੰ ਸਹੂਲਤਾਂ ਨੇ, ਟੈਕਸ ਦੇ ਵਿੱਚ ਵੀ ਟੈਕਸ ਸਹੂਲਤਾਂ ਨੇ, ਟੈਕਸ ਸਹੂਲਤਾਂ ਨੇ। ਸਾਡਾ ਤਾਂ ਪੰਜਾਬ ਦੇ ਵਿੱਚ ਪੈਦਾ ਹੋਇਆ ਮਾਲ ਜਿਹੜਾ ਜੀ, ਉਹ ਉਹਨਾਂ ਨਾਲੋਂ ਵੈਸੇ ਹੀ ਮਹਿੰਗਾ, ਵੈਸੇ ਮਹਿੰਗਾ, ਸਾਡੇ ਕੋਲੋਂ ਖਰੀਦਣ ਕੋਈ ਤਾਂ ਆਊਗਾ ਨਾ ਜੀ। ਹੁਣ ਪਹਿਲੀ ਗੱਲ ਤਾਂ ਇਹ ਆ ਕਿ ਤੁਹਾਡੀ ਸਭ ਤੋਂ ਵੱਡੀ ਲੜਾਈ ਕੇਂਦਰ ਨਾਲ ਹੈ, ਕੇਂਦਰ ਕਿ ਭਾਈ ਇਹ ਨਾ ਇਨਸਾਫੀ ਨਾ ਕਰੋ ਕਿ ਸਾਰਿਆਂ ਨੂੰ ਇੱਕੋ ਨਜ਼ਰ ਨਾ ਦੇਖੋ, ਇਹ ਨਹੀਂ ਕਿ ਤੁਹਾਡਾ ਇੱਕ ਬੱਚਾ ਚੰਗਾ ਤੇ ਇੱਕ ਮਾੜਾ, ਆਂਢ ਗੁਆਂਢ ਸਾਡੀ ਇੰਡਸਟਰੀ ਤੇ ਸਾਰੀ ਆ, ਕਦੇ ਕੋਈ ਇੱਧਰ, ਮੈਨੂੰ ਤੁਸੀਂ ਸਮਝਾਓ ਜੀ ਕਿ ਕਿੰਨੀ ਇੰਡਸਟਰੀ ਗਵਾਂਢੀ ਸੂਬਿਆਂ 'ਚ ਸਾਡੀ ਸਰਹੱਦ ਦੇ ਨਾਲ ਜਾ ਕੇ ਲੱਗੀ, ਅੰਮ੍ਰਿਤਸਰ ਦੀ ਸਾਰੀ ਟੈਕਸਟਾਈਲ ਇੰਡਸਟਰੀ ਜਿਹੜੀ ਹੈ ਜੀ ਹਰਿਆਣੇ 'ਚ ਚਲੇ ਗਈ ਹੈ ਜੀ, ਅੰਮ੍ਰਿਤਸਰ ਦੀ ਜਿੰਨੀ ਢਲਾਈ ਦੀ ਇੰਡਸਟਰੀ ਸੀ ਤੁਹਾਡੇ ਆ ਸਨਅਤ ਸੀਗੀ, ਬਟਾਲਾ ਸਾਰਾ ਤੁਹਾਡਾ ਢਲਾਈ ਦੇ ਮਾਹਰ ਸੀ ਜੀ, ਉਹ ਢਲਾਈ ਕਿੱਥੇ ਗਈ ਤੁਹਾਡੀ? ਕਿਤੇ ਨਹੀਂ ਸਾਰੀ, ਉਹ ਪਰੇ ਸਰਹੰਦ ਤੋਂ ਅੱਗੇ ਜੀ, ਉਹ ਵੀ ਹੁਣ ਖਤਮ ਹੋ ਗਈ, ਉਹ ਵੀ ਉੱਥੇ ਬੰਦ ਹੋਣ ਦੀ ਕਗਾਰ 'ਤੇ। ਤੁਸੀਂ ਗੋਇੰਦਵਾਲ ਸਾਹਿਬ ਜਿਸ ਵੇਲੇ ਸਨਅਤੀ ਇੱਕ ਹੱਬ ਵਜੋਂ ਕ੍ਰੀਏਟ ਕੀਤਾ, ਤੁਸੀਂ ਉਹਨੂੰ ਨਾਂ ਦਿੱਤਾ ਨਿਊਕਲੀਅਸ ਜੀ, ਇੰਡਸਟਰੀਅਲ ਨਿਊਕਲੀਅਸ। ਅੱਜ ਉਹ ਨਿਊਕਲੀਅਸ ਕਿੱਥੇ ਆ? ਤੁਸੀਂ ਐਲਾਨ ਕਰਦੇ ਹੋ, ਲੋਕ ਪੈਸਾ ਲਾਉਂਦੇ ਨੇ, ਵਪਾਰੀ ਆਪਣਾ ਪੈਸਾ ਲਾਉਂਦੇ ਨੇ, ਜਦੋਂ ਕੁਛ ਨਹੀਂ ਲੱਭਦਾ ਤਾਂ ਫਿਰ ਉੱਥੇ ਸਾਰਾ ਕੋਈ ਖੰਡਰ ਹੋ ਜਾਂਦਾ। ਇਹ ਇੱਕ ਬਹੁਤ ਆਮ ਲੋਕਾਂ ਦੇ ਮਨ 'ਚ ਆਉਣ ਵਾਲਾ ਇੱਕ ਖਿਆਲ ਆ ਕਿ ਜੇਕਰ ਕਿਸੇ ਜਗ੍ਹਾ ਦੇ ਉੱਤੇ ਹਾਲਾਤ ਸਾਜਗਰ ਨੇ, ਅਟਰੈਕਟਿਵ ਨੇ, ਖਿੱਚ ਪਾਊ ਨੇ, ਬਿਲਕੁਲ ਫਾਇਦੇਮੰਦ ਨੇ, ਉੱਥੇ ਲੋਕ ਭੱਜ ਕੇ ਆਉਣਗੇ। ਕੈਨੇਡਾ ਦੇ ਵਿੱਚ ਸਾਡੇ ਲੋਕ ਜਿਹੜੇ ਆ ਉਹ ਕੋਈ ਝੱਖ ਮਾਰਨ ਨਹੀਂ ਜਾਂਦੇ, ਬਿਲਕੁਲ ਹਾਲਾਤ ਚੰਗੇ ਨੇ, ਸਿਖਾਵੇਂ ਨੇ, ਪੈਸੇ ਚਾਰ ਬਣ ਜਾਂਦੇ ਆ ਜੀ, ਅਤੇ ਲੋਕ ਸਰਕਾਰ ਨੂੰ ਪੁੱਛਣ ਥੋੜ੍ਹੀ ਆਉਂਦੇ ਕਿ ਅਸੀਂ ਆਈਏ ਕਿ ਨਾ, ਉਹ ਸਾਨੂੰ ਸੱਦਣ ਥੋੜ੍ਹੀ ਆਉਂਦੇ। ਪਾਕਿਸਤਾਨ ਦੀ ਉਦਾਹਰਣ ਸਾਡੇ ਸਾਹਮਣੇ ਆ ਜੀ, ਪਾਕਿਸਤਾਨ ਸਰਕਾਰ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਗੇ ਅਸੀਂ ਸਾਰਾ ਇਲਾਕਾ ਜਿਹੜਾ ਆ ਡਿਵੈਲਪ ਕਰਨਾ ਆ, ਅਤੇ ਇੰਗਲੈਂਡ ਦੇ ਜਿਹੜੇ ਵਪਾਰੀ ਨੇ, ਸਿੱਖ ਵਪਾਰੀ ਨੇ, ਉਹਨਾਂ ਨੇ ਕਰੋੜਾਂ ਰੁਪਈਏ ਦਿੱਤੇ ਨੇ ਵੀ ਚੁੱਕੋ, ਲਾਓ ਸਨਅਤ, ਲਾਓ ਇੱਥੇ ਹੋਟਲ ਸਨਅਤ ਪੈਦਾ ਕਰੋ। ਆ ਤੁਹਾਡਾ ਡੇਰਾ ਬਾਬਾ ਨਾਨਕ ਤੋਂ ਲੈ ਕੇ ਅੰਮ੍ਰਿਤਸਰ ਤੱਕ ਅਜੇ ਤੱਕ ਖਾਲੀ ਪਿਆ, ਤੁਸੀਂ ਕੋਈ ਵਿਉਂਤਬੰਦੀ ਨਹੀਂ ਕਰ ਰਹੇ। ਸੋ ਇਹ ਇੱਕ ਬਹੁਤ ਅਹਿਮ ਮਸਲਾ ਹੈ ਕਿ ਜੇ ਤੁਸੀਂ ਠੀਕ ਹੱਥਾਂ ਦੇ ਵਿੱਚ ਜ਼ਿੰਮੇਵਾਰੀ ਦਿਓਗੇ, ਮੰਨ ਲਓ ਕੋਈ ਫਿਰ ਬਦਲ ਕਰਨਾ ਹੈ ਅਤੇ ਉਹਦੇ ਵਿੱਚ ਕਾਬਲ ਲੋਕਾਂ ਨੂੰ ਅੱਗੇ ਲਿਆਓਗੇ, ਤਾਂ ਸਾਨੂੰ ਤਰਲੇ ਨਹੀਂ ਮਾਰਨੇ ਪੈਣਗੇ, ਹੱਥ ਨਹੀਂ ਅੱਡਣੇ ਪੈਣਗੇ, ਲੋਕ ਆਪ ਮੁਹਾਰੇ ਆਉਣਗੇ ਕਿ ਅਸੀਂ ਇੱਥੇ ਜਾਈਏ ਕਿਉਂਕਿ ਫਾਇਦੇਮੰਦ ਆ, ਇੱਥੇ ਪੈਸੇ ਲਾਉਣੇ।
ਜੀ ਸੋ ਇਹ ਸਵਾਲ ਸਾਰਿਆਂ ਦੇ ਸਾਹਮਣੇ ਆ ਕਿ ਜੇ ਹੁਣ ਵਜ਼ਾਰਤ ਵਿੱਚ ਵਾਅਦਾ ਕਰਨ ਲੱਗੇ ਹੋ ਜੀ ਤੇ ਕੋਈ ਕਾਬਲ ਬੰਦੇ ਲਿਆਓ ਬਿਲਕੁਲ ਜਿਹੜੇ ਪਹਿਲੇ ਤੁਹਾਨੂੰ ਲੱਗਦਾ ਰਿਜ਼ਲਟ ਨਹੀਂ ਦੇ ਰਹੇ ਜੀ ਉਹਨਾਂ ਨੂੰ ਭਾਵੇਂ ਬਦਲ ਦਿਓ ਮਹਿਕਮੇ ਜੇ ਤੁਹਾਨੂੰ ਲੱਗਦਾ ਹੈ ਕਿ ਬਦਲਨੇ ਆ ਤੇ ਉਹਨਾਂ ਨੂੰ ਵੀ ਕਾਬਲੀਅਤ ਦੇ ਆਧਾਰ ਤੇ ਪਰਖੋ ਕਿ ਕਿਹੜੇ ਬੰਦੇ ਕੋਲ ਕਿਹੜੀ ਮਹਾਰਤ ਆ ਉਹਦੀ ਕਿਹੜੀ ਯੋਗਤਾ ਹੈ ਉਹਦੇ ਅਨੁਸਾਰ ਉਹਨੂੰ ਮਹਿਕਮਾ ਦਿਓ ਤੁਹਾਨੂੰ ਕੰਮ ਕਰਕੇ ਦਿਊਗਾ ਸੋ ਇਹ ਨਾ ਦੇਖੋ ਕਿ ਕਿਹੜਾ ਜ਼ਿਆਦਾ ਵਫਾਦਾਰ ਨੇੜੇ ਆ ਜਿਹਨੂੰ ਆਪਾਂ ਮਲਾਈ ਦਰਦ ਇਹ ਨਾ ਹੁਣ ਲੋਕੀ ਫਿਰ ਕਹਿਣ ਕਿ ਅੰਨਾ ਵੰਡੇ ਰਿਓੜੀਆਂ ਤੇ ਮੁੜ ਕਿਹੜਾ ਆਪਣਿਆਂ ਨੂੰ ਦੇ ਹੁੰਦਾ ਤੇ ਇਦਾਂ ਹੀ ਰਿਹਾ ਔਰ ਨਵਜੋਤ ਸਿੰਘ ਇਹ ਦੋਸ਼ ਕਪਤਾਨ ਸਾਹਿਬ ਘੱਟੋ ਘੱਟ ਅਸੀਂ ਤੇ ਚਾਹੁੰਦੇ ਕਿ ਤੁਹਾਡੇ ਉੱਤੇ ਦੁਬਾਰਾ ਨਾ ਲੱਗੇ ਨਵਜੋਤ ਸਿੰਘ ਸਿੱਧੂ ਨਾਲ ਜੇਕਰ ਕਿਸੇ ਵੀ ਪੱਧਰ ਤੇ ਗੱਲਬਾਤ ਤੁਰ ਸਕਦੀ ਹੈ ਕੋਈ ਐਮਐਲਏ ਕੋਈ ਵਜ਼ੀਰ ਤੁਰ ਸਕਦਾ ਇਹਨਾਂ ਦੋਨਾਂ ਦੇ ਵੱਡੇ ਬੰਦਿਆਂ ਦੇ ਵਿੱਚ ਵਖਰੇਵੇਂ ਖਤਮ ਕਰ ਸਕਦਾ ਤੁਸੀਂ ਖੁਦ ਹੋ ਤੁਹਾਡੇ ਤੋਂ ਉੱਪਰ ਕਿਹੜਾ ਹੋ ਸਕਦਾ ਫਿਰ ਜੇ ਇਹ ਵਖਰੇਵੇਂ ਖਤਮ ਹੋ ਸਕਦੇ ਆ ਤੇ ਕਰ ਲੈਣੇ ਚਾਹੀਦੇ ਆ ਇਹ ਵਖਰੇਵੇਂ ਖਤਮ ਹੋਣ ਦਾ ਮਤਲਬ ਹੈ ਕਿ ਇੱਕ ਜਿਹੜੀ ਦੋ ਪਾਵਰ ਸੈਂਟਰ ਜੇ ਤੁਹਾਡੇ ਬਣਦੇ ਜਾਂਦੇ ਆ ਬਿਲਕੁਲ ਦੂਜੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇ ਕੇ ਔਰ ਉਹ ਤੁਹਾਨੂੰ ਨਤੀਜੇ ਦੇ ਸਕਦਾ ਮੇਰਾ ਖਿਆਲ ਔਰ ਇੱਕ ਜਿਹੜਾ ਤੁਹਾਡੇ ਵਿਰੋਧੀਆਂ ਨੂੰ ਵਾਰ ਵਾਰ ਕੋਈ ਮੌਕਾ ਮਿਲਦਾ ਹੈ ਤੁਹਾਡੇ ਤੇ ਗੱਲ ਕਰਨ ਦਾ ਜੀ ਇੱਕ ਜਿਹੜੀ ਖੜੋਤ ਆ ਗਈ ਹੈ ਤੁਹਾਡੇ ਦਰਮਿਆਨ ਜੀ ਉਹ ਖੜੋਤ ਜਿਹੜੀ ਆ ਮੁੜ ਲੀਹਾਂ ਤੇ ਚੜ ਸਕਦੀ ਹੈ ਰਿਸ਼ਤਿਆਂ 'ਚ ਜਿਹੜਾ ਜਮੂਦ ਬਣ ਗਿਆ ਇਹਨੂੰ ਤੋੜਨ ਲਈ ਇਹ ਸੱਟ ਵਿਦਾਨ ਵਾਲੀ ਜਿਹੜੀ ਹੈ ਉਹ ਤੁਹਾਨੂੰ ਮਾਰਨੀ ਪੈਣੀ ਹੈ ਜੀ ਕਿਉਂਕਿ ਤੁਸੀਂ ਪਾਵਰ 'ਚ ਹੋ ਅਤੇ ਪਾਵਰ 'ਚ ਬੈਠਾ ਬੰਦਾ ਜਿਹੜਾ ਉਹਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਜੀ ਸੋ ਕਿਉਂਕਿ ਜੇ ਫੇਰਬਦਲ ਹੋਣਾ ਤੇ ਅਸੀਂ ਚਾਹਾਂਗੇ ਕਿ ਉਹ ਸੂਬੇ ਦੇ ਭਲੇ ਲਈ ਸੂਬੇ ਦੀ ਬਿਹਤਰੀ ਲਈ ਹੋਵੇ ਨਵੇਂ ਚਿਹਰੇ ਜਿਹੜੇ ਨੇ ਉਹ ਪੰਜਾਬ ਲਈ ਖੁਸ਼ਗਵਾਰ ਵਾਤਾਵਰਨ ਲੈ ਕੇ ਆਉਣ ਅਜੇ ਤੁਹਾਡੇ ਕੋਲ 2 ਸਾਲ ਤੋਂ ਵੱਧ ਦਾ ਸਮਾਂ ਹੈ ਜੇ ਇਸ ਸਮੇਂ ਨੂੰ ਸਾਰਥਕ ਤਰੀਕੇ ਨਾਲ ਵਰਤਿਆ ਜਾਵੇ ਤਾਂ ਪੰਜਾਬ ਦੀ ਤਕਲੀਫ ਕੁਝ ਹੱਦ ਤੱਕ ਘੱਟ ਸਕਦੀ ਹੈ ਹਾਲਾਂਕਿ ਸਾਲਾਂ ਦੀਆਂ ਵੱਜੀਆਂ ਸੱਟਾਂ ਏਡੀ ਛੇਤੀ ਠੀਕ ਨਹੀਂ ਹੁੰਦੀਆਂ ਲੇਕਿਨ ਉਮੀਦ ਤਾਂ ਕਰਨੀ ਬਣਦੀ ਹੈ ਕਿ ਕੋਈ ਯਤਨ ਚੰਗੇ ਵਾਲੇ ਪਾਸੇ ਤੁਰਨ ਤੁਹਾਡੇ ਤੋਂ ਇੱਕ ਉਮੀਦ ਤੁਹਾਡੇ ਪਿਛਲੇ ਟਨਿਓਰ ਤੁਹਾਡੇ ਪਿਛਲੇ ਸਮੇਂ ਨੂੰ ਦੇਖ ਕੇ ਅਜੇ ਵੀ ਬਣਦੀ ਹੈ ਕਿ ਸ਼ਾਇਦ 2-2.5 ਸਾਲ ਬਾਅਦ ਹੀ ਤੁਸੀਂ ਨੀਂਦ ਇਸ ਤਰ੍ਹਾਂ ਦੀ ਤੋਂ ਜਾਗੋ ਅਤੇ ਕੁਝ ਨਵਾਂ ਕਰਕੇ ਦਿਖਾਓ ਬਹੁਤ ਮਿਹਰਬਾਨੀ ਬਹੁਤ ਧੰਨਵਾਦ